ਹੱਟ ਪਏ ਦਾਜਲ ਦਾ ਰੂਲ ਚੱਲ ਵੇਂਦੇ ਪਿਓ ਜਨਾਬ ਦਾਜਲ ਬੰਦ ਕਰ ਓਏ ਅਸੀਂ ਆਵੀ ਮੇ ਕੋ ਜੀ ਜੰਪੁਰ ਦੇ ਰੋੜਿਆਂ ਦਾ ਹਾਲਾਤ ਵੇ ਟੁੱਟੇ ਭੰਗੇ ਸਾ ਉਹ ਤੇ ਅਲਟੋ ਹੈ ਕੇ ਕਰਨੇ ਆ ਵੀ ਕਿੱਥੇ ਜੇ ਇਕੱਠੇ ਦੀ ਕਿਤੋਂ ਇਹ ਬੈਨ ਦੀ ਚਾ ਪਰੇ ਹਾਜੀ ਜਤ ਨਾਲ ਜੁਲਦੇ ਪਿਉ ਹਾਂ ਹਾਂ ਡਰਾਈਵਿੰਗ ਸਹੀ ਕਰੇ ਨਾ ਪਿਆ ਗਲਤ ਕਰੇ ਸੀ ਤੇ ਕਿਸੇ ਨੇ ਮਰਣੀ ਇੱਥੇ ਟੈਂਸ਼ਨ ਨਹੀਂ ਪਈ ਬਾਰਿਸ਼ ਨਾ ਆਵੇ ਨਾ ਤੇ ਵਜ਼ਨ ਕਲੇ ਡੈਵੇ ਸੀ ਬਟੋਰੇ ਜਾਂ ਟ੍ਰੇਨ ਜਾਂ ਤੇ ਬਟੋਰ ਵਾਲੀ ਨਹੀਂ ਪਾਣੀ ਹੁੰਦੀ ਬਟੋਰ ਜਲਦੀ ਜਿਹੜੀ ਇਹ ਫੁੱਲ ਸਾਹਮਣੇ ਗਰੇਟੇ ਦਾਜਲ ਹਾਜੀ ਸਾਹਿਬ ਬੇਕੂ ਪੈਸੇ ਦੇਵੇ ਹੋਰ ਕੀਤੀ ਜਿਹੜਾ ਪਿੱਛੋਂ ਪਹਿਲੇ ਫਲੱਡ ਆ ਜਿਹੜਾ ਹੁਣ ਪੁੱਲ ਤੇ ਵਾਪਸ ਆ ਗਿਆ ਦਾਜਾ ਲਾਲੀ ਤੇ ਸੱਤਿਆ ਨਾ ਸਿਆ ਪੈ ਤਵੀਜ਼ ਲਿਖੇ ਨਹੀਂ ਇਹ ਰਕਬਾ ਇਹ ਮਕਾਨ ਪੇ ਬੈਸਨ ਬੰਦ ਤੇ ਨਾਲ ਵਾਲਾ ਰਕਬਾ ਜਿਹੜਾ ਹੁਣੇ ਦਾ ਜਿਹੜਾ ਫੈਸਲੇ ਕਰਨ ਲੱਗੇ ਪੰਜ ਵਿਜੇ ਕੀਤੀ ਕਰੇ ਦੇਖੋ ਦਾਜਲ ਦੇ ਰਸਤੇ ਦੇ ਵਿੱਚ ਪਾਣੀ ਆ ਗਏ ਦਾਜਲ ਰੋਡ ਤੇ ਰੱਖੇ ਹੋਏ ਇਹਦੇ ਵਿੱਚ ਹੁੰਦੇ ਸੀ ਪਹਾੜੀ ਪਾਣੀ ਇਹ ਖੰਭੇ ਉਡਾਉਂਦੇ ਪਾਓ ਸਨ ਇਹਦੇ ਵਿੱਚੋਂ
ਬੰਗਲਾਦੇਸ਼ ਚ ਹੁੰਦੇ ਪੈਂਦੇ ਹੀ ਖੰਬੇ ਦਾ 12 ਕਿਲੋਮੀਟਰ ਸਾਰਾ ਠਾਕੁਰ ਦੇ ਨਾਲ ਆ ਦਾ ਜੰਗਲ ਆ ਉਹ ਨਾਲ ਡੇ ਕੇ ਦੇ ਵੀ ਕਿਆ ਗਣੀ ਸਾਰੀ ਐ ਸਹੀ ਐ ਸਾਰਾ ਸਫਰ ਕਿਆ ਨਹੀਂ ਰੋਡ ਤੇ ਜਾਂਦਾ ਹੈ ਇਹ ਬਤਾ ਪੁੱਛੋ ਕਿ ਖੱਪਰ ਦਾ ਅੱਡਾ ਹੈ ਸਹੀ ਹੋਰ ਟੂ ਹੋਰ ਡੱਟਾ ਬਜ ਰਿਹਾ ਪੈ ਮਾਲ ਤੇ ਨਹੀਂ ਬਾ ਕਿ ਟਾਈਮ ਇਹ ਸਾਰਾ ਮਾਲ ਚਲਾ ਪਾ ਕੇ ਆ ਗਿਆ ਇਹ ਹੋਏ ਨਜ਼ਾਰਾ ਭਰਿਆ ਮਾਸ਼ਾਅੱਲਾ ਕਿਆ ਠੀਕ ਏ ਇਲਾਕਾ ਨਹਿਰ ਏ ਨਹਿਰ ਜਾਮ ਪਰੇ ਤੇ ਅੱਗੇ ਰਹੇ ਮੈਂ ਜੁੱਪੀ ਗਾ ਤੂੰ ਕਹੇ ਵੇ ਇਹ ਕੀ ਕਹਵਤ ਹੈ ਇਹ ਜਗ੍ਹਾ ਮੈਨੂੰ ਮਾਰ ਦਿੱਤੀ ਨੇ ਕੋ ਇਹ ਗੇਟ ਖੁੱਲਿਆ ਪਈ ਆ ਜਿਆ ਕਹਨੇ ਚੜ ਇਹ ਫੇਰ ਪੰਜੀ ਸੌਦੇ ਅੱਜ ਇੱਕ ਹੈ ਨਾ ਜੀ ਕਮੇਟੀ ਲੈਣ ਮਤਲਬ ਹਟਵਾ ਕੇ ਦਾਜਲ ਚੌਕ।